ਕਾਵੜੀਆਂ ਦੇ ਨਾਲ ਭਰੀ ਟਰੈਕਟਰ ਟਰਾਲੀ ਨੂੰ ਇੱਕ ਟਰਾਲੇ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ। ਦਰਅਸਲ ਜਿਵੇਂ ਹੀ ਟਰੈਕਟਰ ਟਰਾਲੀ ਮੁੜਨ ਲੱਗਦਾ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਇਸ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਕਾਵੜੀਏ ਦੀ ਮੌਤ, ਜਦਕਿ 17 ਦੇ ਕਰੀਬ ਕਾਵੜੀਏ ਇਸ 'ਚ ਜ਼ਖਮੀ ਹੋਏ ਨੇ। ਤਾਂ ਇਸ ਦੌਰਾਨ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਟਰਾਲੀ ਹੈ ਜਦੋਂ ਮੁੜਨ ਲੱਗਦਾ ਹੈ ਤਾਂ ਅਚਾਨਕ ਹੀ ਪਿੱਛੋਂ ਆ ਰਿਹਾ ਤੇਜ਼ ਰਫ਼ਤਾਰ ਟਰਾਲਾ ਇਸ ਨੂੰ ਟੱਕਰ ਮਾਰ ਦਿੰਦਾ ਹੈ। ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਜੋ ਟਰਾਲੀ ਹੈ ਉਹ ਟਰੈਕਟਰ ਦੇ ਨਾਲੋਂ ਵੱਖ ਹੋ ਜਾਂਦੀ ਹੈ ਅਤੇ ਇਸ ਦੇ ਵਿੱਚ ਸਵਾਰ 17 ਕਾਵੜੀਏ ਜ਼ਖਮੀ ਹੋ ਜਾਂਦੇ ਨੇ ਅਤੇ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਘਟਨਾ ਕੋਲ ਹੀ ਲੱਗੇ ਇੱਕ CCTV 'ਚ ਕੈਦ ਹੋਈ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਜ਼ਖਮੀ ਕਾਵੜੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਬਿਜਨੌਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਕੁਝ ਕਾਵੜੀਏ ਟਰੈਕਟਰ ਟਰਾਲੀ ਰਾਹੀਂ ਗੰਗਾ ਜਲ ਲੈਣ ਦੇ ਲਈ ਜਦੋਂ ਹਰਿਦੁਆਰ ਦੇ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਕਿ ਪਿੱਛੋਂ ਆ ਰਹੇ ਇੱਕ ਟਰਾਲੇ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਦੇ ਵਿੱਚ ਪਹਿਲਾਂ ਤਾਂ ਟਰੈਕਟਰ ਜੋ ਹੈ ਟਰਾਲੀ ਦੇ ਨਾਲੋਂ ਵੱਖ ਹੋ ਜਾਂਦਾ ਅਤੇ ਟਰਾਲੀ ਕਾਫੀ ਜ਼ੋਰ ਦੇ ਨਾਲ ਜ਼ਮੀਨ ਦੇ ਉੱਤੇ ਜਾ ਵੱਜਦੀ ਹੈ। ਹਾਲਾਂਕਿ ਕਈ ਦੂਰ ਤੱਕ ਪਹਿਲਾਂ ਟਰਾਲੀ ਘਿਸੜਦੀ ਹੋਈ ਜਾਂਦੀ ਹੈ ਅਤੇ ਫਿਰ ਜਿਵੇਂ ਹੀ ਜ਼ਮੀਨ 'ਤੇ ਵੱਜਦੀ ਹੈ ਤਾਂ ਉਸ 'ਚ ਇੱਕ ਕਾਵੜੀਏ ਦੀ ਮੌਤ ਅਤੇ 17 ਦੇ ਕਰੀਬ ਕਾਵੜੀਏ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਜਿਵੇਂ ਹੀ ਹਾਦਸਾ ਵਾਪਰਦਾ ਮੌਕੇ 'ਤੇ ਰਾਹਗੀਰ ਪਹੁੰਚਦੇ ਨੇ, ਜ਼ਖਮੀ ਕਾਵੜੀਆਂ ਨੂੰ ਟਰਾਲੀ 'ਚੋਂ ਬਾਹਰ ਕੱਢਿਆ ਜਾਂਦਾ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟਰਾਲਾ ਚਾਲਕ ਟਰਾਲਾ ਸਮੇਤ ਮੌਕੇ ਤੋਂ ਫਰਾਰ ਹੋ ਗਿਆ।